ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵੇਖ ਪਾ ਰਹੇ ਹਾਂ ਕਾਫੀ ਸਾਰੇ ਕਾਲਰਸ ਨੇ ਸਾਨੂੰ ਕਾਲ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਅੱਜ ਮੈਂ ਕਿਸੇ ਵੀ ਗੈਸਟ ਨੂੰ ਫੋਨ ਤੇ ਨਹੀਂ ਲੈ ਕੇ ਆ ਰਿਹਾ, ਇਸ ਕਰਕੇ ਨਹੀਂ ਲੈ ਕੇ ਆਇਆ ਕਿਉਂਕਿ ਆਪਣੇ ਕਾਲਰਸ ਨੂੰ ਸਾਡੇ ਕਾਲਰਸ ਨੂੰ ਟਾਈਮ ਨਹੀਂ ਮਿਲ ਪਾਉਂਦਾ ਆਪਣੀ ਗੱਲ ਰੱਖਣ ਦੇ ਲਈ। ਤੇ ਮੈਂ ਚਾਹੁੰਦਾ ਸੀਗਾ ਇਸ ਮੁਤਲਕ ਤੁਸੀਂ ਅੱਜ ਮੇਰੇ ਨਾਲ ਵਿਚਾਰ ਸਾਂਝੇ ਕਰੋ। ਬਹੁਤ ਸਾਰੇ ਕਾਲਰਸ ਮੇਰੇ ਨਾਲ ਕਾਲ 'ਚ ਜੁੜ ਚੁੱਕੇ ਨੇ ਤੇ ਉਹਨਾਂ ਦੀ ਕਾਲ ਲੈਣੀ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਪੁਰਾਣੀ ਹਿਸਟਰੀ ਤੋਂ ਦੇਖੋ, ਤੁਸੀਂ ਧਿਆਨ ਮਾਰ ਕੇ ਦੇਖੀਏ ਜੀ, ਤੇ ਆਲ ਓਵਰ ਦੀ ਵਰਲਡ ਬਹੁਤ ਸਾਰੇ ਪੋਲੀਟੀਸ਼ੀਅਨਸ ਡਿਫਰੈਂਟ ਕੰਟਰੀਜ਼ ਦੇ ਵਿੱਚ ਜੀ ਪ੍ਰਾਈਵੇਟ ਵਿਜ਼ਿਟ ਵਾਸਤੇ ਦੇ ਰਹੇ ਹੈਗੇ ਜੀ ਕੰਟਰੀਜ਼ ਜੀ ਜੀ। ਤੇ ਜਿਹੜਾ ਹੁਣ ਨਵਜੋਤ ਸਿੰਘ ਸਿੱਧੂ ਹੈ, ਉਹ ਇਜ਼ ਨਾਟ ਗੋਇੰਗ ਐਜ਼ ਐਂਬੈਸਡਰ ਆਫ ਇੰਡੀਆ ਜੀ, ਜਾਂ ਕੋਈ ਨੈਗੋਸ਼ੀਏਸ਼ਨਸ ਕਰਨ ਵਾਸਤੇ ਨਹੀਂ ਉੱਥੇ ਜਾ ਰਿਹਾ ਜੀ। ਉਸ ਨੂੰ ਪ੍ਰਾਈਵੇਟ ਸੱਦਾ ਮਿਲਿਆ ਹੈਗਾ ਜੀ, ਉਹ ਪ੍ਰਾਈਵੇਟ ਤੇ ਜਾ ਰਿਹਾ ਹੈਗਾ ਕਾਲ ਦੇ ਉੱਤੇ ਜੀ। ਅਗਰ ਉਸ ਦੌਰਾਨ ਉੱਥੇ ਕੋਈ ਉਹਨਾਂ ਦੇ ਡਾਇਲੋਗ ਦੇ ਵਿੱਚ ਕੋਈ ਅੱਛੀ ਗੱਲ ਸੁਲਝਾ ਆਉਂਦਾ ਹੈਗਾ ਜੀ, ਤੇ ਉਹ ਦੱਸਣਾ ਅੱਛੀ ਗੱਲ ਹੈਗੀ ਆ। ਅੱਛੀ ਗੱਲ ਹੈ ਜੀ, ਉਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ। ਹੋ ਸਕਦਾ ਉਹਦੇ ਵਿੱਚ ਕੋਈ ਜਿਹਦੇ ਨਾਲ ਕੋਈ ਸਾਡੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਜੀ ਉਹਨੂੰ ਸੋਲਵ ਕਰਨ ਦਾ ਕੋਈ ਨਾ ਕੋਈ ਉਪਾਅ ਉਹਦੇ ਵਿੱਚੋਂ ਨਿਕਲ ਆਵੇ ਜੀ। ਸੋ ਆਈ ਡੋਂਟ ਥਿੰਕ ਜਿਹੜੇ ਬੰਦੇ ਕੋਈ ਸੋਚਦੇ ਪੋਲੀਟੀਸ਼ੀਅਨ ਕਹਿੰਦੇ ਜੀ ਇਹ ਜਾਏਗਾ ਤੇ ਉਹ ਇੰਡੀਆ ਦਾ ਧਰੋਹ ਕਰ ਰਿਹਾ ਇੰਡੀਆ ਦੇ ਨਾਲ, ਇਟਸ ਆਲ ਰੋਂਗ ਜੀ ਜੀ। ਹੀ ਗੋਇੰਗ ਔਨ ਅ ਪ੍ਰਾਈਵੇਟ ਵਿਜ਼ਿਟ ਜੀ ਐਜ਼ ਅ ਫਰੈਂਡਸ਼ਿਪ, ਉਹਦੇ ਫਰੈਂਡ ਹੈ, ਉਹਦੇ ਰਿਲੇਸ਼ਨ ਹੈਗੇ ਆ ਜੀ, ਉਸ ਦੇ ਬੇਸ ਤੇ ਜਾ ਰਿਹਾ। ਉਹਦੇ ਵਿੱਚ ਕੋਈ ਅਕਸਰ ਡਾਇਲੋਗ ਦੇ ਕੋਈ ਰਿਜ਼ਲਟ ਅੱਛਾ ਨਿਕਲਦਾ ਜਿਸ ਨੂੰ ਹਾਰਨ There is no harm if it's going to Pakistan, agar oh jande ne aur oath ceremony de vich shamooliyat karde ne. Ji ji ji, bahut bahut dhanwad Jaspal ji, tusi apne valuable feedback sade naal rakhe. Callers hor vi sade naal jud rahe ne. Sat Sri Akal ji, tusi on air ho, kon bol rahe ho, kitthon bol rahe ho? ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਾਈਟ ਫੀਲਡ ਤੋਂ ਬੋਲਦਾ, ਮੈਨਚੈਸਟਰ ਦੇ ਇੰਗਲੈਂਡ ਤੋਂ ਜੀ। ਸਤਿ ਸ਼੍ਰੀ ਅਕਾਲ ਜੀ, ਦੇਖੋ ਮੇਰੇ ਫਾਦਰ ਇਹ ਕਹਿੰਦੇ ਸੀ ਕਿ ਦੁਸ਼ਮਣੀ ਕਰੋ ਰੱਜ ਕੇ ਕਰੋ, ਪਰ ਇਹ ਅਜੇ ਵਰਡ ਕਦੇ ਨਾ ਬੋਲੋ ਕਿ ਕੱਲ ਤੁਹਾਡੀ ਦੋਸਤੀ ਹੋਵੇ ਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਜੀ, ਲੇਕਿਨ ਕਦੇ ਵੀ ਗਲਤ ਲਫ਼ਜ਼ ਨਹੀਂ ਬੋਲਣਾ ਚਾਹੀਦਾ। ਦੇਖੋ ਖੀਰ ਸੁਲਾ ਕਰਨੀ ਪਏਗੀ, ਜਰਮਨ ਦੀ ਵਾਲ ਟੁੱਟੀ ਹੈ ਤੇ ਉਹਨਾਂ ਆਪਸੀ ਕੀਤੀ ਹੈ, ਦੂਜੀਆਂ ਹੋਰ ਸਭ ਕੰਟਰੀਆਂ ਨੇ ਅਖੀਰ ਸੁਲਾ ਕਰਕੇ ਹੀ ਗੁਜ਼ਾਰਾ ਹੈਗਾ। ਬਾਕੀ ਕਹਿੰਦੇ ਉਹ ਠੀਕ ਹੈ, ਸਿੱਧੂ ਨੂੰ ਇਜਾਜ਼ਤ ਜ਼ਰੂਰ ਲੈਣੀ ਪਏਗੀ ਕਿਉਂਕਿ ਮਨਿਸਟਰ ਹੈਗਾ, ਇੱਥੇ ਸਾਡੀ ਇੱਕ ਮਨਿਸਟਰ ਗਈ ਹੈ, ਇਜ਼ਰਾਈਲ ਗਈ ਮੇਰਾ ਖਿਆਲ, ਏਸ਼ੀਅਨ ਮਨਿਸਟਰ ਹੈਗੀ ਸਾਡੇ, ਉਹਨੂੰ ਰਿਜ਼ਾਈਨ ਕਰਨਾ ਪਿਆ ਕਿਉਂਕਿ ਉਹ ਇਨਫਾਰਮ ਕਰਕੇ ਨਹੀਂ ਗਈ। ਉਹ ਕਹਿੰਦੇ ਨਹੀਂ, ਤੁਸੀਂ ਜਦੋਂ ਮਿਨਿਸਟਰ ਹੋਵੋ ਨਾ ਤੁਹਾਨੂੰ ਮਿਨਿਸਟਰੀ ਨੂੰ ਦੱਸਣਾ ਚਾਹੀਦਾ, ਇਹ ਆਫੀਸ਼ੀਅਲੀ ਨਾ ਭਾਵੇਂ ਜਾਵੇ ਜਾਂ ਜਾਵੇ, ਇਹ ਦੂਸਰੀ ਕੰਟਰੀ ਜਾ ਰਿਹਾ, ਹੀ ਹੈਜ਼ ਟੂ ਇਨਫਾਰਮ, ਹੀ ਹੈਜ਼ ਟੂ, ਬਟ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਕਿ ਗੁੱਡ ਕਾਜ਼ ਵਾਸਤੇ ਜਾ ਰਿਹਾ। ਇਹ ਅਗਰ ਹੋ ਸਕਦਾ ਸਾਡਾ ਫਿਊਚਰ ਅੱਛਾ, ਫਿਊਚਰ ਤੇ ਕਦੇ ਵੀ ਅੱਛਾ ਹੈਗਾ ਕਿਉਂਕਿ ਕਸ਼ਮੀਰ ਇੱਕ ਐਸਾ ਕੰਡਾ ਦੋਵੇਂ ਪਾਸੇ ਲੱਗਾ ਹੈ ਕਿ ਉਹ ਚਾਹੁੰਦਾ ਸਾਡੇ ਵੱਲ ਆਉਣ, ਤੇ ਇਹ ਕੰਡਾ ਜਦ ਤੱਕ ਨਾ ਕੱਢਿਆ ਜਾਏ ਤਦ ਤੱਕ ਇਹ ਇਹਨਾਂ ਦਾ ਰਹੇਗਾ। ਹਾਲਾਂਕਿ ਕਸ਼ਮੀਰ ਨੂੰ ਪਤਾ ਹੈ ਕਿ ਉੱਧਰ ਮਿਲ ਕੇ ਸਾਨੂੰ ਕੋਈ ਫਾਇਦਾ ਨਹੀਂ, ਇੱਧਰ ਮੌਜਾਂ ਕਰਦੇ ਪਏ, ਸਾਰਾ ਕਣਾ ਕਿ ਨਾ ਸਭ ਫਰੀ ਮਿਲਦਾ ਪਿਆ। ਮੈਂ ਇਹੀ ਕਹਿੰਦਾ ਕਿ ਸੁਲਾਹ ਕਰਨੀ ਵਰਗੀ ਚੀਜ਼ ਕੋਈ ਨਹੀਂ, ਅਖੀਰ ਜਿਹੜੇ ਮਰਜ਼ੀ ਭਰਾ ਜਿੰਨੇ ਵੀ ਅਖੀਰ ਕਹਿੰਦਾ ਪਿਆਰੀ ਠਹਿਰਨੇ ਨਾ ਕਿ ਇੱਕ ਦੂਜੇ ਦੇ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ, ਮੇਰੇ ਕੋਲ ਵੀਰਾ ਗਲਤੀ ਹੋ ਗਈ, ਔਰ ਦੋਵੇਂ ਅਖੀਰ ਰੋ ਕੇ ਨਾ ਜੱਫੀਆਂ ਪਾਉਂਦੇ। ਮੈਂ ਅਖੀਰ 'ਚ ਇਹ ਕਹਿੰਦਾ ਪਾਕਿਸਤਾਨ ਵੀ ਸਾਡਾ ਭਰਾ ਵੇ, ਮੈਂ ਤੇ ਕਹਿੰਦਾ ਦੋਨੋਂ ਇਹ ਸੱਜੀ ਖੱਬੀ ਆਖਣ, ਸਾਡੇ ਗੁਰੂ ਦੀ ਸੱਜੀ ਅੱਗੇ ਖੱਬੀ ਆਖਣ, ਇਹ ਆਪਸ 'ਚ ਮਿਲੀਆਂ ਹੀ ਰਹਿਣ ਤੇ ਚੰਗੀਆਂ ਹੈਗੀਆਂ। ਜੀ 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 ਜੀ, ਬਹੁਤ ਬਹੁਤ ਧੰਨਵਾਦ। ਮੇਰਾ ਵਿਚਾਰ ਹੈ ਕਿ ਸਿੱਧੂ ਜ਼ਰੂਰ ਜਾਵੇ ਲੇਕਿਨ ਇਜਾਜ਼ਤ ਬਿਨਾ ਨਹੀਂ, ਕਿਉਂਕਿ ਉਹ ਇਹ ਉਲੰਘਣਾ ਕਰਕੇ ਜਾਏਗਾ ਤੇ ਆਪਣਾ ਨਾਂ ਖਰਾਬ ਕਰੇਗਾ, ਔਰ ਇਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ, ਇਹ ਮੇਰਾ ਹੈਗਾ ਵੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਦੂਜੇ ਵੀ ਤਾਂ ਜਾ ਰਹੇ ਨੇ ਕ੍ਰਿਕਟ, ਪਰ ਇਹਦੇ ਕੋਲ ਕਿਉਂਕਿ ਪੋਰਟਫੋਲੀਓ ਹੈਗਾ ਮਿਨਿਸਟਰੀ ਦਾ, ਇਹ ਨਹੀਂ ਜਾ ਸਕਦਾ ਵਿਦਆਊਟ ਪਰਮਿਸ਼ਨ, ਕਿਉਂਕਿ ਇਹਦੇ ਉੱਤੇ ਐਕਸ਼ਨ ਲਿੱਤਾ ਜਾ ਸਕਦਾ, ਭਾਵੇਂ ਪੰਜਾਬ ਗੌਰਮੈਂਟ ਇਜਾਜ਼ਤ ਦੇ ਦੇ ਲੇਕਿਨ ਇਹਨੂੰ ਸੈਂਟਰ ਗੌਰਮੈਂਟ ਨੂੰ ਲੈਣਾ ਪਏਗਾ, ਕਿਉਂਕਿ ਇਹਨੇ ਦਰਖਾਸਤ ਦੇ ਦਿੱਤੀ ਕਿ ਮੈਂ ਜਾ ਰਿਹਾ ਵਾਂ। ਜੀ 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 ਜੀ, ਮੇਰਾ ਖਿਆਲ ਹੈ ਕਿ ਸਾਨੂੰ ਅੱਛੇ ਹਮੇਸ਼ਾ ਪੋਜ਼ਿਟਿਵ ਜਿਹੜਾ ਸੋਚਦਾ ਬੰਦਾ ਉਹੀ ਕਾਮਯਾਬ ਹੈ, ਜੇ ਅੱਜ ਪੋਜ਼ਿਟਿਵ ਸੋਚਾਂਗੇ ਖੀਰ ਦੇਖੋ ਉਹਨਾਂ ਦਾ ਬੰਦਾ ਮਰੇ ਜਾਂ ਸਾਡਾ, ਫੈਮਿਲੀ ਜਿਹੜੀ ਬਰਬਾਦ ਹੁੰਦੀ ਹੈ ਉਹਦੀ ਤੇ ਸਾਰੀ ਲਾਈਫ ਖਰਾਬ ਹੋ ਜਾਂਦੀ ਹੈ ਜੀ ਜੀ। ਅਸੀਂ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਖੂਨ ਖਰਾਬ ਆਵੇ, ਅਖੀਰ ਇਹਨਾਂ ਦਾ ਪਿਆਰ ਬਣਨਾ ਹੀ ਪਏਗਾ ਜੀ ਜੀ ਜੀ। ਕਹਿੰਦੇ ਹਮੇਸ਼ਾ ਗੁਆਂਢੀ ਕੰਮ ਆਉਂਦਾ, ਦੂਜਾ ਰਿਸ਼ਤੇਦਾਰ ਬਾਹਰ ਤੇ ਆਉਂਦਾ, ਇੰਗਲੈਂਡ ਤੋਂ ਪਹੁੰਚੇਗਾ ਪਹੁੰਚੇਗਾ ਆਪਣਾ ਗੁਆਂਢੀ ਨਾਲ ਕੰਮ ਆਏਗਾ ਜੀ ਜੀ ਜੀ। ਬਹੁਤ 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 ਧੰਨਵਾਦ ਜੀ। ਮੈਂ ਆਪਣੇ ਵਿਊਅਰਸ ਨੂੰ ਚਾਹਾਂਗਾ ਕਿ ਜਿਹੜੇ ਸਾਡੇ ਵਿਊਅਰਸ ਪਾਕਿਸਤਾਨ ਨਾਲ ਸੰਬੰਧ ਰੱਖਦੇ ਨੇ, ਜੇਕਰ ਉਹ ਮੇਰੇ ਇਸ ਪ੍ਰੋਗਰਾਮ ਨੂੰ ਵੇਖ ਪਾ ਰਹੇ ਨੇ, ਤਾਂ ਮੈਂ ਚਾਹਾਂਗਾ ਤੁਸੀਂ ਵੀ ਆਪਣੀ ਕਾਲ ਮੈਨੂੰ ਕਰੋ ਔਰ ਆਪਣੇ ਸੁਝਾਅ ਸਾਨੂੰ ਦਿਓ
कि तुहाडे मुल्क का हुण प्रधानमंत्री नवा बनन जा रहे इमरान खान किस तरीके की शख्सियत तुहानू लगते हैं क्योंकि तुसी आप उस मुल्क दे नाल संबंध रखते हो उन्होंने वेख्या उत्थे काम करते हुए लेकिन जिहड़ी हुण सियासी गलियारे दे विच गल हो रही है इमरान खान नू लैके दस्या जा रहा है कि एक बहुत ही सूझबूझ तो बहुत ही इनोसेंट तो बहुत ही इंसानियत नू समझने वाले इंसान हैं जेकर मैं चाहना कि वो कॉलर जी मैनू कॉल करन जो कि पाकिस्तान दे नाल संबंध रखते हैं और जरूर दसन नवजोत सिंह सिद्धू जा रहे ने तुसी किस तरीके नाल समझदे हो कि वो जिहड़े प्रोग्राम दे विच ओ सैरेमनी दे विच यानी कि सहुं चुक समागम दे विच पहुँच रहे ने नवजोत सिंह सिद्धू ने कहा कि मैं जिहड़ी एक शॉल है भेट करना चाहना पंजाबी जुत्ती दे शौकीन ने इमरान खान मैं उन्हां नूं भेट करना चाहुंना तो मेरी 35 साल की दोस्ती हैगी है मैं दोस्ती नूं रखना चाहना लेकिन केंद्र सरकार कह रही है फिलहाल भारती कि उन्हां नूं अजे अपरूवल नहीं मिले ग्रीन सिग्नल नहीं मिले इल्ज़ाम यह भी लाए जा रहे हैं एक दूजे के उत्ते कि हुण जद नरेंद्र मोदी नूं जाना सीगा नवाज शरीफ नूं मिलन तां उह बिना किस प्रोटोकॉल दे उत्थे पहुँचे और प्रोटोकॉल फॉलो नहीं हुई लेकिन वो भी उत्थे पहुँचते हैं तो आपसी संबंध वधिया करन दे लई नवजोत सिंह सिद्धू चाहते हैं कि मैनू भी भेजा जाए तो यह जिहड़े गल्लां ने सुनन नूं मिल रही हैं बहुत सारिया कॉल्स मैं आ रही हैं मैं जरूर चाहवागा तुहाडे भी वैल्यूएबल फीडबैक्स तुहाडे भी सुझाव इस मुतलक जानने सत श्रीकाल जी तुसीं ऑन एयर हो कौन बोल रहे हो कितों बोल रहे हो सत श्रीकाल हरभजन सिंह जी की हाल है ठीक हो बिल्कुल ठीक है हाउ आर यू ओके वेरी नाइस हरभजन सिंह जी थैंक यू या दैट्स नाइस टू नो हरगिस सिंह देखो जिन्ने भी ये लोकी ओदे क्रिकेट दे जांदे फ्रेंड ओने सद्दे हैगे आ जी जी उन्हें अपने सोशल स्ट्रक्चर से सद्दे आ इहदे नाल प्रेडिक्ट करना कोई संबंध नहीं हैगा ठीक ने जी जी जाना चाहिए और जान दे नाल इहदा कोई नुकसान नहीं कोई भी दोनों मौका वास्ते फायदा जी अगर कल नु बदकिस्मती दे नाल साडे मुल्कां दे हालत जिहड़े आ ओह ठीक नहीं रहिंदे जी ते इह जिहड़े लोक आ इह हमेशा ही इक दूसरे नाल डायलॉग करनगे भई भई इमरान साहब इह गल ठीक नहीं हैगी यू नो जां इह कहेगा भई भई यू नो संधू साहब जो कुछ हो रहा हैगा तुहाडे वालों इह गल ठीक नहीं हैगी इक बहुत वड्डा मतलब वड्डा मतलब स्ट्रांग डायलॉग आपस विच ही हैगा जिदा कि हमेशा ही पीरियड दे विच हमेशा ही एक काम आएगा और हिंदुस्तान नूं इह लूज किसे कीमत नहीं करना चाहिए जी 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 सो यू नो मैं कहूंगा कि बिल्कुल बड़ी बड़ी दूसरी गल उहने देखो बड़ा वो अकलमंद आदमी आ उहने मतलब किसी भी प्राइम मिनिस्टर नूं कोई खास सद्दा नहीं सद्दिया हैगा भी एवें कहूंगा कि मैं इंडिया दे प्राइम मिनिस्टर नूं सद्दिया हैगा तां फलाने दे प्राइम मिनिस्टर नूं नहीं सद्दिया हैगा क्यों उहने इह झगड़ा नहीं रख्या ठीक ने जी ਉਹਨੇ ਸਿਰਫ ਆਪਣੇ ਪਰਸਨਲ ਦੋਸਤ ਆਪਣੇ ਰਿਸ਼ਤੇਦਾਰ ਆਪਣੇ ਜੋ ਵੀ ਉਹਦੇ ਯੂਰੋ ਸੋਸ਼ਲ ਲਿੰਕਸ ਆ ਉਹਨਾਂ ਨੂੰ ਉਹਨੇ ਸੱਦਿਆ ਉਹਦੇ ਵਿੱਚ ਆਪਣੀ ਖੁਸ਼ੀ ਸ਼ੇਅਰ ਕਰ ਰਿਹਾ ਹੈਗਾ ਔਰ ਇਹਦਾ ਪੋਲੀਟੀਕਲ ਨਾ ਇਹਦਾ ਕੋਈ ਸੰਬੰਧ ਨਹੀਂ ਹੈਗਾ ਪੋਲੀਟੀਕਲ ਇਹ ਆ ਕਿ ਜਿੱਦਾਂ ਦਾ ਕੋਈ ਮੁਲਕ ਚੱਲੇਗਾ ਉਦਾਂ ਦਾ ਡੀਲ ਕਰੇਗਾ ਕਰੈਕਟ ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ ਓਕੇ ਸਰ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ हेलो हरकीरत सिंह जी वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह पोगल जी ठीक हो जी चढ़दी कला दुआवां ने तुहाडियां तुसीं सुनाओ एकदम वधिया पोगल जी मैं तुहानू होल्ड दे विच पा रहा होल्ड दे विच रहो और कलम अपनी चक के फटाफट एक वधिया जा तुसीं लिख दो मैनू पता है कि तुसीं लिख रहे होंगे तुसीं लिख भी दित्ती होनी है अज दे मुद्दे नूं लैके ते दोवें मुल्कां नूं लैके तुसीं की लिखना चाहुंदे हो और इमरान खान सौं चुक रहे ने प्रधानमंत्री अहुदे दी और उस तो बाद नवजोत सिंह सिद्धू कह रहे हैं कि मैं दोस्त हाँ 35 साल का और मैं अपने दोस्त के इस प्रोग्राम दे विच शमूलियत जरूर करांगा ते केंद्र सरकार हजे फिलहाल उन्होंने ग्रीन सिग्नल नहीं दे रही है तो वो उड़ीक कर रहे हैं ग्रीन सिग्नल की तो तुहानू की लगता है कलम उठा लो और लिख दो वधिया जा मैं आ रहा इस ब्रेक तो उस पर और जरूर सुनांगा कि तुसीं की लिखिया है फिलहाल एक ब्रेक लई रुक रहे हैं